வாங்கிடுறாங்க. குட் மார்னிங் கேமியோ டார்லிங். ਤਾਂ ਅਸੀਂ ਹਾਂ ਇਸ ਟਾਈਮ DHR DHR ਦਾ ਮਤਲਬ ਹੁੰਦਾ ਜੀ ਦਾਰਜਲਿੰਗ ਹਿਮਾਲਿਆਨ ਰੇਲਵੇ. ਤੁਸੀਂ ਸਾਨੂੰ ਦੇਖਿਆ ਹੋਊਗਾ ਕੁਝ ਟਾਈਮ ਪਹਿਲਾਂ ਅਸੀਂ ਟਿਕਟਾਂ ਟੁਕਟਾਂ ਕੁਝ ਕਰ ਰਹੇ ਸੀਗੇ, ਬੁਕਿੰਗ ਕਰਾ ਰਹੇ ਸੀਗੇ ਮਾੜੀ ਮੋਟੀ. ਅਸੀਂ ਖੜੇ ਹਾਂ ਇਸ ਵਕਤ ਦਾਰਜਲਿੰਗ ਦੇ ਰੇਲਵੇ ਸਟੇਸ਼ਨ ਤੇ. ਆਹ ਦਾਰਜਲਿੰਗ ਦਾ ਰੇਲਵੇ ਸਟੇਸ਼ਨ ਹੈ. ਕੱਲ੍ਹ ਅਸੀਂ ਆ ਗਏ ਸੀਗੇ ਦਾਰਜਲਿੰਗ ਸ਼ਾਮ ਨੂੰ ਅਤੇ ਇੱਕ ਆਹ ਨਿੱਕੀ ਜਿਹੀ ਇੱਥੇ ਟ੍ਰੇਨ ਖੜ੍ਹੀ ਆ. ਆਹ ਇਹ ਹੈਗਾ ਕੈਫੇ, ਤੁਹਾਨੂੰ ਦਿਖਾਵਾਂਗੇ ਬਸ ਤੁਹਾਨੂੰ ਇਹ. ਅਤੇ ਸਾਡਾ ਅੱਜ ਦਾ ਹੈਗਾ ਪ੍ਰੋਗਰਾਮ ਇੱਕ ਛੋਟਾ ਜਿਹਾ ਰਾਊਂਡ ਰਗਾਉਣ ਦਾ ਟ੍ਰੇਨ ਦੇ ਉੱਪਰ ਵੀ, ਇਹਨੂੰ ਕਹਿੰਦੇ ਆ ਜੋਏ ਰਾਈਡ. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ ਫਰੋਮ ਦਾਰਜਲਿੰਗ. ਤਾਂ ਪਿੱਛੇ ਤੁਸੀਂ ਟ੍ਰੇਨ ਦੇਖ ਰਹੇ ਹੋ, ਆਹ ਇਹ ਇੱਥੋਂ ਦੀ ਬੜੀ ਮਸ਼ਹੂਰ ਟ੍ਰੇਨ ਆ ਦਾਰਜਲਿੰਗ ਦੀ. ਜਿੱਥੇ ਨਾ ਇੱਕ ਪਹਿਲਾਂ ਗਾਣਾ ਫਰਮਾਇਆ ਗਿਆ ਸੀ ਕਈ ਸਾਲ ਪਹਿਲਾਂ, ਉਹ ਮੇਰੇ ਸਪਨੋ ਕੀ ਰਾਣੀ ਹੈ ਨਾ, ਵੀ ਜੇ ਤੁਹਾਡੇ ਯਾਦ ਹੋਵੇ ਕਬ ਆਏਗੀ ਤੂੰ. ਨਹੀਂ ਨਹੀਂ ਉਹ ਰਜੇਸ਼ ਖੰਨਾ ਗਾਣਾ ਸੀਗਾ. ਤਾਂ ਇਸ ਟਾਈਮ ਅਸੀਂ ਹੈਗੇ ਦਾਰਜਲਿੰਗ ਦੇ ਵਿੱਚ, ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਸਟੇਸ਼ਨਾਂ 'ਚੋਂ ਇੱਕ. ਇਹ ਹੁੰਦੀ ਹੈ ਇੱਕ ਜੋਏ ਰਾਈਡ, ਜਿਹੜੀ ਕਿ ਹੁੰਦੀ ਹੈ 1.5-2 ਘੰਟਿਆਂ ਦੀ. ਤਾਂ ਅਸੀਂ ਇਸ ਜੋਏ ਰਾਈਡ ਦਾ ਹਿੱਸਾ ਬਣਾਵਾਂਗੇ. ਟਿਕਟਾਂ ਅਸੀਂ ਲੈ ਲਈਆਂ. ਇਸ ਟਿਕਟ ਲਈ ਅਸੀਂ ਬੁਕਿੰਗ ਕਰਾ ਰਹੇ ਸੀ ਪਹਿਲਾਂ, ਅਤੇ ਟਿਕਟ ਦਾ ਜੋ ਰੇਟ ਹੈਗਾ ਉਹ ਹੈਗਾ 1500 ਰੁਪਇਆ ਪਰ ਸਵਾਰੀ, ਇੱਕ ਸਵਾਰੀ ਦਾ 1500. ਹਾਂ ਜੇ ਤੁਸੀਂ ਡੀਜ਼ਲ ਇੰਜਨ ਤੇ ਟਰੈਵਲ ਕਰਦੇ ਹੋ ਤਾਂ ਫਿਰ 1000 ਰੁਪਇਆ ਇੱਕ ਬੰਦੇ, 1000 ਰੁਪਇਆ ਇੱਕ ਬੰਦੇ ਦਾ ਵੀ. ਤਾਂ ਅਸੀਂ ਚੱਲਦੇ ਹੁੰਦੇ ਟ੍ਰੇਨ 'ਚ, ਆਪਣੀ ਟਿਕਟ ਪਹਿਲਾਂ ਦੇਖੀ, ਕੋਈ ਸੀਟ ਨਾ ਨੱਪ ਲਈ ਆਪਣੀ ਕੋਈ ਵੀ. ਬਿਲਕੁਲ 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 ਬਿਲਕੁਲ. ਇਹ ਟ੍ਰੇਨ ਆ ਜੀ ਇਹ ਜੋਏ ਰਾਈਡ, ਜਿਹੜੀ ਚੱਲਦੀ ਆ ਦਾਰਜਲਿੰਗ ਤੋਂ ਅੱਗੇ ਗੂਮ ਪਿੰਡ ਆਊਗਾ, ਅੱਗੇ ਉੱਥੋਂ ਅੱਗੇ ਜਾਊਗੀ, ਉੱਥੋਂ ਵਾਪਸ ਆ ਜਾਊਗੀ. ਟਾਈਮ ਇਹਦਾ ਹੈਗਾ ਸਵੇਰ ਦੇ 9:25 ਡਿਪਾਰਚਰ ਦਾ. ਉਸ ਤੋਂ ਪਹਿਲਾਂ ਇੱਕ ਟ੍ਰੇਨ ਹੋਰ ਜਾਊਗੀ ਜਿਹੜੀ 9:20 ਦੀ ਆਊਗੀ, ਉਹ ਉਸ ਤਰਫੋਂ ਨਿਕਲੂਗੀ. ਉਹ ਅਲੱਗ ਅਲੱਗ ਟ੍ਰੇਨ ਆ ਜਾਂਦੀ ਇੱਥੋਂ, ਟੂਰਿਸਟ ਦੀ ਪੂਰੀ, ਓਹੋ ਟੂਰਿਸਟ ਪੂਰੇ ਇੱਥੇ ਭਰੇ ਹੋਏ ਇਸ ਟਾਈਮ ਪੂਰੇ. ਬੈਠੀ ਅੰਦਰ ਮਾਵਾ ਹੀ ਕਰੀ ਜਾਂਦੀ ਹੈ, ਕੋਈ ਗੱਲ ਨਹੀਂ ਭਾਈ ਟਿਕਟਾਂ ਮੇਰੇ ਕੋਲ ਹੀ ਹੈ. ਅਸੀਂ ਨਾ ਜਿਹੜੀ ਗੱਡੀ ਕਰਾਈ ਹੋਈ ਹੈ ਨਾ, ਉਹਦੇ 'ਚ ਲੱਗਣਾ ਸਟੀਮ ਦਾ ਇੰਜਨ, ਪੁਰਾਣੇ ਟਾਈਮ ਦਾ ਕੋਲੇ ਵਾਲਾ ਇੰਜਨ. ਉਹ ਲੱਗਦਾ ਬਾਈ ਆਹ ਖੜਾ ਇੱਥੇ ਨਾ, ਇਹ ਉੱਥੋਂ ਆਊਗਾ ਲੈਣੋ ਲੈਣ ਹੁੰਦਾ ਵਾ, ਸਾਡੇ ਕੋਲ ਪਹੁੰਚ ਉੱਥੇ ਨਾ ਇਹ. ਇਸ ਜੋਏ ਟ੍ਰੇਨ ਜੋਏ ਰਾਈਡ ਦੇ ਨਾ ਡੱਬੇ ਹੁੰਦੇ 3, 1-2, ਅਸੀਂ ਦੂਜੇ ਨੰਬਰ ਡੱਬੇ 'ਚ ਐਂ ਵਿਚਾਲੇ ਬੈਠੇ ਹਾਂ ਜਦੋਂ ਖੜੀ ਹਰੀ ਆ, ਅਤੇ ਆਹ ਤੀਸਰਾ ਡੱਬਾ ਜੀ, ਆ 3 ਡੱਬੇ ਹੋਣਗੇ ਅਤੇ ਟ੍ਰੇਨ ਲਗਭਗ ਫੁੱਲ ਆ ਜੀ. ਅਤੇ ਇਹਦੀ ਨਾ ਬੁਕਿੰਗ ਤੁਸੀਂ ਕਰਾ ਸਕਦੇ ਹੋ ਪਹਿਲਾਂ ਵੀ, ਆ ਕੇ ਔਨਲਾਈਨ ਦੇ ਉੱਪਰ ਬੁਕਿੰਗ ਹੋ ਜਾਂਦੀ ਹੈ ਇਹਦੀ. ਅਤੇ ਜੇਕਰ ਟੂਰਿਸਟ ਘੱਟ ਹੋਣ ਤਾਂ ਤੁਹਾਨੂੰ ਮੌਕੇ 'ਤੇ ਟਿਕਟ ਵੀ ਮਿਲ ਜਾਂਦੀ ਹੈ. ਅਸੀਂ ਆ ਕੇ ਮੌਕੇ 'ਤੇ ਟਿਕਟ ਲਈ ਹੈ ਜੀ, ਆ ਕੇ ਐਨ ਮੌਕੇ 'ਤੇ ਆ ਕੇ, ਮਤਲਬ ਟ੍ਰੇਨ ਚੱਲਣ ਤੋਂ 1/2 ਘੰਟਾ ਪਹਿਲਾਂ. ਟਿਕਟ ਰੇਟ ਹੈਗਾ ਸਟੀਮ ਦਾ 1500 ਰੁਪਈਆ, ਅਤੇ ਫਿਰ ਡੀਜ਼ਲ ਇੰਜਨ ਵਾਲੇ 'ਚ ਜਾਣਾ ਤਾਂ 1000 ਰੁਪਇਆ ਪਰ ਪਰਸਨ. ਆਹ ਮਾਹੌਲ ਉੱਥੋਂ ਦੇ ਸਟੇਸ਼ਨ ਦਾ ਜੀ, ਤਕੜਾ ਨਜ਼ਾਰਾ ਵੀ ਪੂਰਾ. ਸ਼ਿਮਲੇ ਨਾਲੋਂ ਵੱਖਰਾ ਮਾਹੌਲ ਇੱਥੋਂ ਦਾ ਜੀ. ਸ਼ਿਮਲੇ ਆਪਣੀ ਟ੍ਰੇਨ ਚੱਲਦੀ ਹੈ ਟੋਏ ਟ੍ਰੇਨ, ਉਹਦੇ ਨਾਲ ਵੱਖਰਾ ਮਾਹੌਲ ਆ ਜੀ ਸਾਰਾ ਇਹਦਾ. ਇਸ ਨਾ ਟ੍ਰੇਨ 'ਚ ਡੱਬੇ ਹੁੰਦੇ 3, ਅਤੇ ਇੱਕ ਡੱਬੇ 'ਚ ਸੀਟਾਂ ਹੁੰਦੀਆਂ 30, ਮੋਟਾ ਮੋਟਾ ਆਈਡੀਆ ਇਹ ਹੈ. ਤਾਂ ਟੋਟਲ 100 ਕੁ ਬੰਦਿਆਂ ਦਾ ਗੇੜਾ ਲਾਉਂਦਾ ਜੀ ਇਹ, 2 ਘੰਟਾ ਰਾਊਂਡ ਹੁੰਦਾ ਜੀ ਇਹਨਾਂ. ਚਲੋ ਅਸੀਂ ਵੀ ਉਹਨਾਂ 'ਚ ਸ਼ਾਮਿਲ ਹੁੰਦੇ ਆ ਕਿ ਲੈਣੇ ਇੱਕ ਨਿੱਕਾ ਜਿਹਾ ਗੇੜਾ. ਆਹ ਸਾਡਾ ਵਾਲਾ ਇੰਜਨ ਆ ਸੀਟੀਆਂ ਮਾਰਦਾ ਹੀ ਜਾਂਦਾ ਇਸ ਟਾਈਮ. ਛੋਟੇ ਹੁੰਦੇ ਬੈਠ ਦਿੰਦੇ ਸੀ ਨਾ ਕੋਲੇ ਵਾਲੇ ਇੰਜਨਾਂ ਦੇ ਉੱਪਰ ਵੀ. ਆ ਜਾ ਆ ਜਾ ਸੁਣ ਗਿਆ ਸਾਨੂੰ.
ਹੁਣ ਇਹਨੂੰ ਜੋੜ ਦੇਣਗੇ ਬਾਈ ਵਰਗ ਇੱਥੇ ਤੇ ਖਾ ਆ ਲਓ ਜੀ ਬੜੇ ਪੁਰਾਣੇ ਇੰਜਨ ਆ ਜੀ ਸਾਰੇ ਇਹ ਸਟਰੀਮ ਵਾਲੇ ਆਹਾ ਇੰਜਨ ਦਾ ਸੀਨ ਆ ਜੀ ਆਹ ਵਾਲਾ ਹੱਥੇ ਖੜ ਕੇ ਡਰਾਈਵਰ ਬਾਈ ਵਰਗੇ ਨਾ ਟ੍ਰੇਨ ਚਲਾਉਣਗੇ ਆਪਣੀ ਆਹ ਵਾਲੀ ਇਹ ਤੇ ਨਾਲੇ ਨਿਗਾਹ ਰਹੂਗੀ ਉਹਨਾਂ ਦੀ ਕਿਉਂਕਿ ਅਸੀਂ ਜਾਣਾ ਇਸ ਪਾਸੇ ਹੀ ਹੈ ਇਸ ਪਾਸੇ ਆਉਣਾ ਜੀ ਇਹ ਤਾਂ ਇਹਨਾਂ ਨੇ ਉਲਟਾ ਕਰਕੇ ਚਲਾਉਣੀ ਗੱਡੀ ਮਤਲਬ ਇਹ ਇੰਜਨ ਨੂੰ ਇੱਕ ਸ਼ਾਇਦ ਪਿੱਛੇ ਲੱਗੇ ਰਹੇ ਸ਼ਾਇਦ ਮੇ ਵੀ ਉਹ ਦੱਸਾਂਗੇ ਤੁਹਾਨੂੰ ਬਾਅਦ 'ਚ ਫਿਲਹਾਲ ਬਾਈ ਵਰਗੀ ਪੂਰੀ ਤਿਆਰੀ ਕਰੀ ਜਾਂਦੀ ਹੈ ਕੋਲੇ ਵਾਲੇ ਇੰਜਨ ਨੂੰ ਤਿਆਰ ਕਰਨ ਦੀ ਪੂਰੀ ਵੀ ਕਿਵੇਂ ਕੰਮ ਪੂਰਾ ਵੀ ਪੂਰੀ ਤਿਆਰੀ ਕਰਨੀ ਪੈਂਦੀ ਹੈ ਇਹਦੀ ਪਹਿਲਾਂ ਫਿਰ ਦੇਖਣਾ ਛੋਲੇ ਫਿਲਮ ਦਾ ਸੀਨ ਯਾਦ ਆ ਗਿਆ ਇੰਜਨ ਲੱਗ ਗਿਆ ਸਟੀਮ ਇੰਜਨ ਰੀਆ ਖੜੀ ਵਾਹ ਵਾਹ ਕਰੀ ਜਾਂਦੀ ਮੈਨੂੰ ਤੁਹਾਨੂੰ ਇਹ ਜਾ ਜਾ ਅਤੇ ਅਸੀਂ ਉਹਨੂੰ ਕਰਨ ਲੱਗੇ ਰਾਈਡ ਇਹਦੀ ਹੁਣ ਲਗਭਗ 9:25 ਦਾ ਟਾਈਮ ਹੈ ਟਾਈਮ ਹੋਣ ਵਾਲਾ ਹੈ ਸਵੇਰੇ ਅਸੀਂ ਅੱਧੇ ਘੰਟੇ ਤਿਆਰ ਹੋ ਕੇ ਇੱਧਰ ਭੱਜਿਆ ਜੀ ਦੇਖਦੇ ਕੀ ਹਾਲ ਬਣਦਾ ਆਹ ਚੱਲੀਏ ਫਿਰ ਵੀ ਸਟੀਮ ਇੰਜਨ ਦੀ ਰਾਈਡ ਜੋਆਏ ਰਾਈਡ ਦੇ ਉੱਪਰ ਵੀ ਧੂਆ ਪੂਰਾ ਦੱਬ ਕੇ ਮਾਰਦਾ ਪਿਆ ਹਾਂ ਟਿਕਟ ਤੇਰੇ ਕੋਲ ਹੀ ਹੈ ਅੱਛਾ 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 ਉਹ ਵਾਲਾ ਪੁਰਾਣਾ ਹੋ ਗਿਆ ਚਲੋ ਚੱਲੀ ਚਲੋ ਚੱਲੀਏ ਚੱਲੀ ਚਲੋ 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 ਚੱਲੀਏ ਆਹ ਮਾਹੌਲ ਆ ਡੱਬੇ ਦੇ ਅੰਦਰ ਦਾ ਵੀ ਗਲਾਸ ਵਾਲੇ ਡੱਬੇ ਸ਼ੀਸ਼ਾ ਪੂਰਾ ਲੱਗਿਆ ਹੋਇਆ ਥਾਂ ਇਹ ਸਾਡੀ ਟਿਕਟ ਆਈ 17 ਨੰਬਰ ਆ ਨਾ ਆਪਣੀ ਆ ਲਓ ਜੀ ਅਤੇ ਪਿੱਛੇ ਇੱਕ ਡੱਬਾ ਇੱਕ ਮੂਹਰੇ ਡੱਬਾ ਇਹਦੇ ਵੀ ਅੱਗੇ ਡੱਬਾ ਵੀ ਇੱਕ ਵੀ ਅਤੇ ਅਸੀਂ ਹੈਗੇ ਵਿਚਾਰੇ ਜੋ ਸਾਹਮਣੇ ਲੱਗਿਆ ਹੋਇਆ ਇੰਜਨ ਆ ਉਹ ਦੇਖੋ ਲੋਕੀ ਹੋਰ ਸੋਚਿਆ ਰੋਡ ਕਿਵੇਂ ਦਾ ਪੂਰਾ ਲੱਗਿਆ ਹੋਇਆ ਹਾਂ ਹਾਸੀਆਂ ਖੇਡੀਆਂ ਹੋਈ ਜਾਂਦੀਆਂ ਅਤੇ ਅਸੀਂ ਸ਼ੁਰੂ ਕਰਦੇ ਹਾਂ ਮਾਹੌਲ ਟ੍ਰੇਨ ਚੱਲ ਪਈ ਸਾਡੀ ਅਤੇ ਨਜ਼ਾਰੇ ਪੂਰੇ ਵੀ ਅੰਕਲ ਜੀ ਪੂਰਾ ਇੰਜੋਏ ਕਰੀ ਜਾਂਦੇ ਇਸ ਟਾਈਮ ਵੀ ਉਹ ਬੈਠੀ ਰਹੀ ਆ ਬਈ ਬਾਏ ਬਾਏ ਟਾਟਾ ਕਰਦੀ ਹੋਈ ਹਾਂ ਕਹਿੰਦੇ ਦਰਵਾਜ਼ੇ ਤੇ ਖੜਾ ਨਹੀਂ ਹੋਣਾ ਬਈ ਹਾਂ ਬਈ ਕਿਵੇਂ ਆ ਬਾਜ਼ਾਰ ਆ ਜੀ ਨਾਲ ਨਾਲ ਗੱਡੀ ਜਾ ਰਹੀ ਹੈ ਸੜਕ ਸੜਕੀ ਸਾਡੀ ਗੱਡੀ ਹੋ ਗਈ ਤੁਹਾਨੂੰ ਆ ਲੱਗ ਗਿਆ ਫਾਟਕ ਬਿਨਾਂ ਲੈਣਾ ਉਸ ਤੋਂ ਇਸ ਪਾਸੇ ਬਣੀਆਂ ਕੰਧਾਂ ਵੀ ਉਹ ਜਾ ਰਹੀ ਹੈ ਵੀ ਲੋਕਾਂ 'ਚ ਪੂਰੀ ਐਕਸਾਈਟਮੈਂਟ ਹੋਈ ਵੀ ਹੈ ਉਹ ਦੇਖੋ ਜੀ ਪਿੱਛੇ ਪਿਛਲੇ ਡੱਬੇ ਦੀ ਗੱਲਬਾਤ ਆ ਜੀ ਇਹ ਖੜਕੇ ਖੜਕੇ ਵੀ ਕਰਦੀ ਹੈ ਨਾਲ ਨਾਲ ਇਹ ਆਹ ਇੱਕ ਪਿੱਛੇ ਪਿੱਛੇ ਆ ਰਹੀ ਗੱਡੀਆਂ ਇਹਦੇ ਨਾਲ ਨਾਲ ਵੀ ਆਹ ਨਾਲ ਹੀ ਇੱਧਰ ਹੋਟਲ ਬਣਿਆ ਹੋਇਆ ਪੂਰਾ ਬਾਜ਼ਾਰ ਆ ਜੀ ਇਹ ਪੂਰਾ ਮਾਹੌਲ ਆ ਤਕੜਾ ਹੀ ਪੂਰਾ ਤੁਹਾਨੂੰ ਚਲੋ ਚਲੋ ਰਾਜ ਰਾਮ ਕੁਛ ਹੋਵੇ ਨਜ਼ਾਰੇ ਆ ਵੀ ਨਜ਼ਾਰੇ ਪੂਰੇ ਵੀ ਸਮਾਰਟ ਰਿਲਾਇੰਸ ਡਿਜੀਟਲ ਵੀ ਇਹ ਪੂਰੇ ਨਾ ਬਾਜ਼ਾਰ ਵਿੱਚੋਂ ਦੀ ਹੋ ਕੇ ਕੱਢੀ ਜਾਂਦੀ ਹੈ ਇਹ ਛੋਟੀ ਲਾਈਨ ਆ ਨੈਰੋ ਗੇਜ ਲਾਈਨ ਹੈ ਉਹ ਸਾਹਮਣੇ ਨਾ ਜਿੱਥੇ ਲਿਖਿਆ ਰਿਆਨ ਉਹ ਸਾਡਾ ਹੋਟਲ ਆ ਜੀ ਉਹ ਅਸੀਂ ਆਪਦੇ ਹੋਟਲ ਕੋਲ ਦੀ ਜਾ ਰਹੇ ਹਾਂ ਰੀਆ ਰੁਮਾਲ ਭੁੱਲ ਗਈ ਕਹਿੰਦੇ ਰੁਮਾਲ ਜਾ ਕੇ ਲੈ ਕੇ ਆਉਂਦੀ ਆ ਕੇ ਆਹ ਬਾਜ਼ਾਰ ਆ ਜੀ ਨਾਲ ਨਾਲ ਇਹਦੇ ਹਾਂ ਆ ਸਾਡਾ ਹੋਟਲ ਰਿਆਨ ਹੱਥੇ ਰੁਕੇ ਹੋਏ ਆ ਰਿਆਨ ਦੇ ਵਿੱਚ ਕਿਵੇਂ ਲੱਗ ਰਿਹਾ
ਰਿਕਸ਼ੇ ਵਿੱਚ ਹੋਈ ਸੀ ਤੇ ਮੈਨੂੰ ਲੱਗਦਾ ਕਿ ਚਲੇ ਹੀ ਗਿਆ ਉਹਨਾਂ ਦੀ ਚਲੇ ਚਲੇ ਪਰ ਲੋਕੀ ਜਾਣਦੇ ਮੇਰੇ ਸੱਪ ਨੂੰ ਦੀ ਰਾਣੀ ਕਰਕੇ ਅੱਛਾ ਉਹ ਜਾਣਾ ਸ਼ੁਰੂ ਕਰਨਾ ਚਾਹੁੰਦੇ गाना लाया सारे ने ताड़ियां मारन लग गए अगे लगता ट्रैफिक जाम हो गया गड्डी खड़ गई इतने लगता है साडा पिछला डब्बा भी ज्यादा तुरपी 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 चल पी गड्डी बिल्कुल बाजार के बिचों दी उठी जा रही है भी जो ना चढ़ाई आती है ना गड्डी उदो लोड ले आती है पूरा पूरा भी तो उस टाइम गड्डी क्रोस भी रेंदे है जा कई बार की होंगे सामने ना कोई खड़ा मूहरे स्टेशन लाइन के उपर तो उस टाइम इन्हों गड्डी रोक के लाइन पूरी क्लीयर करानी पैंती है इन्हों गड्डी पूरा लोड लै रही है इस टाइम जा रही है इस टाइम गड्डी की स्पीड जो हैगी है ना वो 15 किलोमीटर पर घंटे की एवरेज से 10 तो 15 किलोमीटर भी चाह वाला भाई भी आ गया चाह वाला भाई वो खड़ा भी लोग पूरा इंजॉय करते हुए भी गड्डी खड़ गई 2 मिनट वास्ते खिड़कियों को बैठे कोले ना भरता उन्हें पूरा हाँ बिलकुल 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 आम माहौल भी थोड़ा है हाँ लिपटन वास्ते सड़क पार कर ली हूँ दुकान इधरले पास आ गई ट्रैफिक परले पास आ गई चिकन जगह घर बने हुए लोगों के घाटा बाय बाय मुर्गे हो गए फिर इस पास आ गई आ लगे फाटक जो ट्रेन आती उसे सारे खड़े होते उस टाइम ना आ हाँ ला भाई लग गया पूरा रौनक पहला गड्डी दे विच आही मूवमेंट रहने अपन याद रहनी है पूरी असल ना छत है कि छोटी मैं प्रोपर टैग में खड़ के नच नहीं सकता इतने पूरा गाह भर खेलने ना जी ना ट्रेन की सीट की आवाज आ रही उस नची जी देखा <ये। ये>
ਬਾਰਿਸ਼ ਆ ਜਾਏਗਾ ਸਮਾਨ ਇਹ ਬਦਲਵਾਈ ਪੂਰੀ ਹੋਈ ਵੀ ਹੈ ਆ ਹੁਣ ਲਗਭਗ ਨਾ ਟ੍ਰੇਨ ਨਾਲ ਇੱਕ ਪ੍ਰੋਪਰ ਟਰੈਕ ਤੇ ਆ ਗਈ ਸ਼ਹਿਰ ਤੋਂ ਬਾਹਰ ਨਿਕਲ ਗਿਆ ਨਾ ਅਸੀਂ ਹੈਗੇ ਇਸ ਵਕਤ ਨੈਸ਼ਨਲ ਹਾਈਵੇ ਨੰਬਰ 55 ਤੇ ਸਾਡੀ ਟ੍ਰੇਨ ਜਾ ਰਹੀ ਹੈ ਨੈਸ਼ਨਲ ਹਾਈਵੇ ਨੰਬਰ 55 ਦੇ ਉੱਪਰ ਆ ਗਏ ਇਸ ਟਾਈਮ ਪਟਾਸੀਆ ਲੂਪ ਤੇ ਸ਼ਾਇਦ ਗੱਡੀ ਖੜੀ ਆ ਤੇ ਇੱਥੇ ਸ਼ਾਇਦ ਕੁਛ ਟਾਈਮ ਨਹੀਂ ਖੜਾਂਗੇ ਇੱਥੇ ਉਹਨਾਂ ਨੇ ਅਸੀਂ ਇਸ ਵਕਤ ਖੜੇ ਹਾਂ ਪਟਾਸੀਆ ਲੂਪ ਤੇ असल च ना इथे लूप पैंदी है मतलब गड्डी घूमती है इथे इथो असी आए से इस पासे होके ते साडी गड्डी ओ खड़ी ए आ वाली ते जो साडे पहले चली सी ट्रेन 10 मिनट पहला ओ आ खड़ी इथे ना ए मतलब इथे लूप पैंदी है सोहनी थां इथे ते इक मेमोरियल बनाया होया यादगार बनी हुई है इंडियन आर्मी वाले उन्होंने लोगों वास्ते शहीदों वास्ते जिहड़े कि वख वख समय दौरान अलग अलग जंगां दे विच शहीद होए सीगे तां आह ट्रेन जो ना इत्थों आए करके घूम के इस तरह घूम के ये अगे आऊगी इत्थों ना ये जिहड़ी साडे तो अगे ट्रेन सी 00 चल गई आता गई बतासिया लूप से ना छोटा जहा बाजार बनया हो थोड़ी थोड़ी शॉपिंग वगैरह करते आपकी हाँ लोग आप लोग नहीं आते हाँ लोग शॉपिंग करते हैं देखते माहौल माहौल उन्नी कप असी करते इंजॉय आ माहौल है इतों का तो उ खड़ी है खड़ी गड्डी ਇਹਦੇ ਮੂਹਰੇ ਤਾਂ ਲੱਗਿਆ ਹੋਇਆ ਆਪਣਾ ਸਟੀਮ ਵਾਲਾ ਇੰਜਨ ਤੇ ਪਿੱਛੇ ਹੈਗਾ ਡੀਜ਼ਲ ਵਾਲਾ ਇੰਜਨ ਜੋ ਸੀ ਤੇ ਇੱਥੇ ਲੋਕ ਤੁਸੀਂ ਟ੍ਰੈਡੀਸ਼ਨ ਡਰੈਸ ਵਗੈਰਾ ਪਵਾ ਪੂ ਕੇ ਫੋਟੋ ਕਰਾਉਂਦੇ ਇੱਥੇ ਇਸ ਟਾਈਮ ਤੇ ਉਹ ਮੈਮੋਰੀਅਲ ਬਣਾ ਹੋਇਆ ਇਸ ਥਾਂ ਦੇ ਉੱਪਰ ਹੀ ਚਲੋ ਅਸੀਂ ਆਪਣਾ ਬਤਾਸੀਆ ਲੂਪ ਨਾ ਬਤਾਸੀਆ ਲੂਪ ਹੁਣ ਟੌਪਿਕ ਸੀਗਾ ਬਤਾਸੀਆ ਲੂਪ ਸੋਨਾ ਥਾਂ ਇਹ ਕਿੱਧਰ ਗਈ ਤੇ ਉਹ ਸਾਡੀ ਗੱਡੀ ਨੇ ਮਾਰਤੀ ਸੀਟੀ ਉਹਨਾਂ ਕਹਿੰਦੇ ਆਓ ਚੱਲੀ ਅੱਗੇ ਅੱਗੇ ਇੱਕ ਥਾਂ ਤੇ ਹੋਰ ਜਾਣਾ ਕਿ ਸਟੇਸ਼ਨ ਹੋਰ ਆਊਗਾ ਉੱਥੇ ਤਾਂ ਮਿਊਜ਼ੀਅਮ ਹੈ ਸ਼ਰ ਉੱਥੇ ਹਾਂ ਤੇ ਉਹ ਸਟੇਸ਼ਨ ਹੈਗਾ ਆਪਣੇ ਵਰਲਡ ਦਾ ਹਾਈਐਸਟ ਰੇਲਵੇ ਸਟੇਸ਼ਨ ਕਹਿੰਦੇ ਜੀ ਉਹ ਚੱਪਾ ਚੱਲਦੇ ਅੱਗੇ ਨੂੰ ਆਪਾਂ ਘੂਮ ਘੂਮ ਘੂਮਤੇ ਰਹੋ ਘੂਮ ਘੂਮ ਪਹੁੰਚਦੇ ਰਹੋ ਵਧੀਆ ਮਾਹੌਲ ਵਜਿਆ ਹੋਇਆ ਇੱਥੇ ਮਾਹੌਲ ਵੀ ਵਧੀਆ ਹੈ ਮੌਸਮ ਵੀ ਵਧੀਆ ਹੈ ਲੋਕੀ ਖੁਸ਼ ਨੇ ਪੂਰੇ ਬਾਈ ਨੇ ਮਾਰਤੀ ਸਿਟੀ ਕਹਿੰਦਾ ਆਪਦੇ ਆਪਦੇ ਡੱਬਿਆਂ 'ਚ ਹੋ ਜਾਓ ਜ਼ਿਆਦਾ ਲੇਟ ਰਹੋ ਚਲੋ ਚਲੋ ਚੱਲੀਏ ਮੰਨ ਲਈ ਸੀਟ ਸੀਟ ਕਾਲੀ ਹੋ ਗਈ ਹੈ ਉਹ ਕਾਲ ਕਰਕੇ ਤਾਂ ਕਾਲੀ ਹੋ ਗਈ ਉਹ ਤਾਂ ਕਿਵੇਂ ਉਹ ਦੇਖ ਰਹਾ ਤਾਂ ਆ ਤੁਹਾਨੂੰ ਦਾ ਫੇਰ ਤਾਂ ਸੀਨ ਹੈ ਸਟੇਸ਼ਨ ਦਾ पूरी पूरी ट्रेन इतने घूम जाती है ठीक है लूप तो चल पी ट्रेन सोना माहौल इतने
सोहना सीन बनता पे असं पहुंच गए जी गोमा रेलवे स्टेशन से। अब तो ट्रेन घूम जूगी ना घूमा रेलवे स्टेशन, मतलब घूमा रेलवे स्टेशन पहुंच गए जी। हूं इंजन जरा है ना मूह परले पास आ जाऊगा, शिफ्ट कर लो ना। गरम गरम की बाद करने जाते ही खावे, पहला घूम ली इधर। पहला इधर मैं म्यूजियम आ जाओ जी, छोटा जहा रेलवे स्टेशन है जी। ये घूमो संग्रहालय है, दार्जिलिंग हिमालय रेलवे घूम। तो वर्ल्ड का हाईएस्ट कहते ये हैरीटेज रेलवे स्टेशन है जी। ये हाँ लोगों को आज फोटो कराने शौक होंगे जी, यादगारी फोटो कराते हैं इतों। हाँ ये सारे सार इतों का ही यह म्यूजियम बनया हुआ है। पुराने टाइम दिन ट्रेना जी पहली बार चलिया सगिया वह सगिया उ ला रखी थे इन्होंने, ये लोग उपर चढ़ के फोटो कराते हुए। तुम चढ़ जाओ उपर। हाँ इस थान के उपर ना यदा इतिहास लिखा हुआ इस इंजन का, यदा जर्मनी बनी हुई है 1882 140-145 साल पुराना इंजन है जी वाला, जिते लोग फोटो करा रहे खड़ के इस टाइम। पाल जी बस सारे खिलर गए। आ सारा है माहौल घूम रेलवे स्टेशन का, घूम पता नहीं घूम है। तो पुराने टाइम का इंजन लग्या इतने, हूँ ये इतने आके लोग खड़ते थोड़ा टाइम इतों के हैरीटेज देखते हैं। वैसे ना ये जो रेलवे स्टेशन है ना ये वर्ल्ड हैरीटेज साइट है जी, ये यूनैसको द्वारा डिक्लेयर की हुई है। ये तो दूजी वीडी गल ये हाईएस्ट रेलवे स्टेशन आई है जिन्होंने हैरीटेज बनाया गया इतना है। किन्ने दे 7,407 मतलब 7400 फुट की हाइट है, 2800 मीटर लग जाओ 2500 मीटर। हाँ जी 7,407 सोहना माहौल आई इतना, बिल्कुल। भाई आ गया पानी पूनी पी के चंगी तरह, तो हम अगे लगू ये आना। सारे का सारा तो नक्शा बना रखे इन्होंने दार्जिलिंग साइड का, पिछे पेंटिंग वगैरह की हुई है। क्या पुराने टाइम की पुराने टाइम के माल गड्डी डब्बे सारे ही आ थुकन ले भी इन्होंने एक स्पिट कर रहा से आ डब्बा बना रखे इन्होंने। तो पुराने टाइम ना पानी भी कहते इस चले कहते हैं पहला पुराने टाइम से नीचो। आ गए आ गए आ गए आ गए, सोहना माहौल आ भी इतना घूम का भी। हाँ सारा रेलवे स्टेशन है जी इतों का, इतने गड्डी खड़ी थी 20 मिनटों वास्ते तो हम वापसी हो रही इतों की। स्टेशन के उपर ना खाण पीन का भी सिस्टम है इन्होंने को बनया हुआ, वधिया माहौल लगता थी भी। ये समा हो गया 11:02 तो सानू आवाजा मारी जाते उन्हें, आ जाओ आ जाओ आ जाओ आ जाओ आ जाओ आ जाओ। इंजन वो करता परले पास इन्होंने हम पाल पाए अपने पाले चना जो गर्म पा दे सारो मिक्स कर दी 30 रुपये तक भी आह। तो
ਹੁਣ ਚੱਲੇ ਵਾਪਸ ਗੂ ਪਿੰਡ ਤੋਂ ਵੀ ਬੜਾ ਬੁਰਾ ਹਾਲ ਹੋਇਆ ਪਿਆ ਖਾਣ ਪੀਣ ਦਾ ਸਿਸਟਮ ਹੋ ਗਿਆ ਉਹ ਖੜੀ ਗੱਡੀ ਗੱਡੀ ਆ ਗਏ ਆ ਗਏ ਆ ਗਏ ਆ ਗਏ ਆ ਗਏ ਗੱਡੀ ਚੱਲ ਪਈ ਆ ਗਈ ਗੱਡੀ ਉਹ ਕਹਿੰਦੇ ਤੁਰਦਾ ਹੀ ਨਾ ਸਾਬ ਗੱਡੀ ਤੋਂ ਹਾਂ ਗੁੰਮ ਟ੍ਰੇਨ ਤੋਂ ਵਾਪਸੀ ਸ਼ੁਰੂ ਹੋ ਗਈ ਭਾਈ जाना पुआ अद्धे घंटे ला दूंगा तुम्हारा तो पेट्रोल पंप भी आ गया भाई सोहना माहौल बनया हुआ गड्डी का पूरा एक वक्रा तजर्बा ही है जो तुम इस पास आने दार्जिलिंग वाले पास आने तो इसका आनंद जरूर लो भी असं ना हम बिल्कुल बाजार के होंगे होंगे जा रहे हैं इस टाइम थोड़ा ये तुम लग ही रहा होना पूरा शहर बनया हुआ पूरा समय एकरा वीडियो देख लो कई बार पहला थाईलैंड शहर जितना गड्डी टपती है बाजार चो लोग अपना समान चक लेंगे इतों का भी कुछ सिस्टम उस तरह ही लगभग ये हम साढ़े इंजन इस पास लगे हुए थोड़ा आना इस टाइम थोड़ी गड्डी वध स्पीड से आ रही है पहले 15 की स्पीड से हूँ 20 की स्पीड से है पहला इंजन एक सी दो पहला अगे पिछे हम सर एको ही आस साढ़े अगे लगे हुआ वो स्टीम वाला इंजन भी उही हूँ चीक मारी जाता उस टाइम उतो ना तुम पूरा सीन दिखता बहर का पर अच्छे फिर बदलवाई हुई भी है ना बिचो आए जो अभी ना असी वापस आ गए उस थान के उपर भी जो कहने लूप लूप वाले पॉइंट से आ गए हम शायद ना खड़े गड्डी हाँ जी जिवें स्पीड लग रही है ना मुश्किल इतने खड़ना बहुत सोहनी थान बनी हुई है जी ये बतासी लूप चंगा रौनक मेला ये खड़गी 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 थोड़ी हौली हुई जब खड़गी 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 20 मिनट में फिर स्टॉप जाए इतने नहीं रुकता पहला साढ़े ना ना डीजल इंजन क्या हुआ हम थोड़ा लड़ पाया ना भाई नाराजगी होगी साड़ी गड्डी ना कोई तो बेचारा अड्ड होया फिरता हाँ तुरती हुई दो मिनट स्टॉप जाए इतने साढ़े वाला इंजन कुछ उस लोगों ने उतरना जिते उतर गए वह तो अभी फिर चल पे भी खड़े सरदार जी चलो जी फोटो करते हुए अपनी यादगारी कुछ मैमरी होंगी है भी ये हम तू आया साढ़े पिछे कोई गल नहीं कोई गल नहीं रहा अड्ड अड्ड साढ़े तो छत्त भी यदि शीशे की बनिया हुई हैं जो ना पूरा समान साफ हो ना पूरा सोहना माहौल लगता तो उस बाजार च आके फिर तो दार चाह पता करा बाजार तो की हिसाब किताब है टोपिया माहौल वक्रे वक्रे उपर आए थे पहला तालूप बनती है ये उपर गड्डी घूम गई थी इस पास घूम के इधर आ गई थोड़ा यो देखो जी जिन्ना लोगों पहला जोश से ना सारे ठंडे होकर बैठ गए पिछे रुसा हो ही फिर है असल ना वापसी वेले लोड़ नहीं पैंती यदि कोई जाते हुए लोड़ होंगी यदि उस टाइम लोड़ ज़्यादा होंगे हम तो कल सा बाइक खिंची तुरी आता हाँ अगे अच्छा हाँ बिल्कुल इस पास का माहौल आइए मोनेस्ट्री बड़ी लगी थी कोई
ਸਕੂਲ ਦੇ ਕੋਲ ਕੋਲ ਦੀ ਆ। ਸਫ਼ਰ ਸਮਾਪਤੀ ਵੀ ਹੋ ਰਿਹਾ ਤੇ ਲਗਭਗ ਅਸੀਂ ਉੱਥੇ ਪਹੁੰਚਣ ਵਾਲੇ ਹਾਂ ਬੱਸ ਸਟੇਸ਼ਨ ਦੇ ਉੱਪਰ। वापस पहुंच गए दार्जिलिंग स्टेशन पे। जिन्नियां सवारियां उतरियां ना उस तो वादा चढ़न नूं तैयार बैठियां सन। हां सवेर दा टाइम सी अपना 9:25 दा शेड्यूल सीगा ते दूजा गेड़ा लाने गया 10 मिंटां बाद। आ गए पूरा रौनक मेला लग गया होया। थोड़े टाइम का गैप आके फिर तुर पैणगे। समा 11:39 आ हैगा सारा रेलवे स्टेशन दार्जिलिंग का भी सोहना बनाया माहौल इस पक्ष पूरा शहर दींदा ते नवे सफर लई फिर तो तैयार हो रहा है। घूम तक भी वधिया लग्या माहौल। छोटे होंदे किसे टाइम बैठे सीगे कोले इंजनां ते अज देखे अपने ਤਾਂ ਆ ਸੀ ਸਾਡਾ ਸਾਨੂੰ ਫਿਰ ਸੀਟੀ ਮਾਰ ਕੇ ਸੱਦੀ ਜਾਂਦਾ ਉਹ ਆ ਸੀ ਸਾਡੀ ਅੱਜ ਟੋਏ ਟ੍ਰੇਨ ਦੀ ਰਾਈਡ ਦਾਰਜਲਿੰਗ 'ਚ। ਜੋਏ ਟ੍ਰੇਨ ਟੋਏ ਟ੍ਰੇਨ ਕੁਛ ਵੀ ਕਹਿ ਲਓ ਤੁਹਾਨੂੰ ਇਹ। ਹੁਣ ਅਸੀਂ ਜਾਵਾਂਗੇ ਵਾਪਸ ਆਪਣੇ ਫੋਟੋ ਵਾਲੇ ਪਾਸੇ। ਠੀਕ ਹੈ ਬ੍ਰੇਕਫਾਸਟ ਅੱਗੇ ਵੀ ਕਰਦੇ ਆਪਾਂ ਬ੍ਰੇਕਫਾਸਟ ਕਰਾਂਗੇ ਅਤੇ ਤੁਹਾਨੂੰ ਮਿਲਾਂਗੇ ਅੱਗੇ ਵੀ ਆਪਾਂ ਵੀ। किस तरह लगे ब्लॉग सानू ना जरूर उसी पर कमेंट करके। ठीक है लाइव जरूर आई है टॉय ट्रेन वाले शिमला भी है मगर इतने बड़ा अलग एक्सपीरियंस है क्योंकि नाल ना सड़क है ते नाल व्हीकल दूसरी जगह पे कार्स वगैरह बिच ही बाजार है बिच ही शहर है बिच ही ओ लूप्स आ गए म्यूजियम आ गए सारा कुछ आ गया। शिमला क्वीन दा अलग एक्सपीरियंस है वो भी पसंद है। चलो आओ चलिए फिर। चलो ठीक है जी फिर मिलते हैं तुम अगले ब्लॉग च। मिलते हैं ओके टेक केयर।